ਉਹ ਸਟੇਟ ਪੁਲਿਸ ਨੇ ਜਾਂ ਡਿਸਟ੍ਰਿਕਟ ਪੁਲਿਸ ਨੇ ਜਾਂ ਇੰਟੈਲੀਜੈਂਸ ਨੇ ਜਾਂ ਫਿਰ ਲੋਕਲ ਸਪੈਸ਼ਲ ਬ੍ਰਾਂਚ ਨੇ ਇਸ ਗੱਲ ਨੂੰ ਐਂਟੀਸੀਪੇਟ ਨਹੀਂ ਕੀਤਾ ਜਿਹੜੀ ਨਵਸ ਹੈਗੀ ਇਸ ਸਮਾਜ ਦੀ ਉਹਨੂੰ ਨਹੀਂ ਪਾਪਿਆ ਕਿ ਇਸ ਬੰਦੇ ਨੂੰ ਛਤਰਾ ਹੈਗਾ ਇਹਦਾ ਨੁਕਸਾਨ ਹੋ ਸਕਦਾ ਜੀ ਟੀਲਾ ਦੇ ਵਿੱਚ ਬਹੁਤ ਸਮਾਪ ਪ੍ਰਸ਼ਾਸਨ ਸੰਭਾੜਿਆ ਹੈ ਕੀ ਲੱਗਦਾ ਹੈ ਕਿ ਜ਼ਿਲ੍ਹਾ ਦੇ ਵਿੱਚ ਕ੍ਰਪਸ਼ਨ ਬਹੁਤ ਜ਼ਿਆਦਾ ਹੈ ਕਿ ਉਹ ਛੋਟੀ ਛੋਟੀ ਕ੍ਰਪਸ਼ਨ ਜਿਹੜੀ ਹੈਗੀ ਆ ਇਸ ਤਰ੍ਹਾਂ ਦੇ ਸਕਿਉਰਿਟੀ ਬੂਲ ਲੀਕਸ ਜਿਹੜੇ ਨੇ ਉਹ ਕ੍ਰੀਏਟ ਕਰ ਦਿੰਦੀ ਹੈ ਜਿਲ੍ਹਾ ਦੇ ਅੰਦਰ ਵੀ ਉਹਨਾਂ ਦਾ ਆਪਣਾ ਇੱਕ ਕਾਨੂੰਨ ਜਿਹਾ ਚੱਲਦਾ ਹੈਗਾ। ਜਿਸੇ ਗਲਤ ਸ਼ਬਦ ਇਸਤੇਮਾਲ ਕੀਤੇ, ਛੋਟਾ ਮੋਟਾ ਦੋਸ਼ੀ ਕੀਤਾ, ਕਰਪਸ਼ਨ। ਛੋਟਾ ਮੋਟਾ ਕਰਪਸ਼ਨ ਜਿਲ੍ਹਾ ਚ ਨਿਭਾਇਆ, ਉਹਦੇ ਵੱਡੇ ਪੱਧਰ ਦਾ ਅਨੈਵਾਦਾ ਕਰਪਸ਼ਨ ਹੈਗਾ ਹਰ ਤਰੀਕੇ ਨਾਲ। ਤੁਸੀਂ ਪੰਜਾਬ ਦੇ ਡੀ. ਜੀ. ਵੀ. ਜੇਲਾ ਰਹਿ ਚੁੱਕੇ ਹੋ। ਕੀ ਲੱਗਦਾ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਜੋ ਕ੍ਰਿਮੀਨਲ ਨੇ ਉਹ ਇਸ ਤਰ੍ਹਾਂ ਜੋ ਆਪਰੇਟ ਕਰ ਸਕਦੇ ਨੇ ਪੌਸਿਬਿਲਿਟੀ ਹੈ, ਖਾਸ ਕਰਕੇ ਉਹ ਅੱਜਕਲ੍ਹ ਜੈਮਰ ਲੱਗਣ ਲੱਗ ਪਏ ਨੇ ਹਾਈ ਸਕਿਉਰਿਟੀ ਜੇਲਾ ਬਣਨ ਲੱਗ ਪਿਆ ਨੇ। ਦੇਲ ਦੇ ਵਿੱਚ ਡਰਗਸ ਵੀ ਚਲਦੀਆਂ ਹੈਗੀਆਂ ਨੇ ਰੇਜ ਦੇ ਵਿੱਚ ਜਿਲ੍ਹਾ ਦੇ ਵਿੱਚ ਸੌਰੀ ਫॉर ਸੇਇੰਗ ਥਿੰਗਸ ਵੀ ਚਲਦਾ ਹੈਗਾ ਵਾਟੇਵਰ ਯੂ ਵਾਂਟ ਜੋ ਤੁਹਾਨੂੰ ਚੀਜ਼ ਚਾਹੀਦੀ ਜਿਲ੍ਹਾ ਦੇ ਵਿੱਚ ఎవਰੀਥਿੰਗ ਇਜ਼ ਅਵੇਲੇਬਲ ਬਟ ਐਟ ਅ ਪ੍ਰਾਈਸ ਇੱਕ ਪ੍ਰਾਈਸ ਤੇ ਨਾਲ ਜਿਹਦੀ ਕੀਮਤ ਹੈ ਐਂਟਰੀ ਹੋ ਗਈ ਸਰਕਾਰੀ ਹਸਪਤਾਲ ਚ ਉੱਥੇ ਬੰਦਾ ਜਿਹੜਾ ਹੈਗਾ ਯਾ ਤੇ ਹੋਟਲ ਦੇ ਵਿੱਚ ਆਪਣੇ ਕਿਸੇ ਨੂੰ ਮਿਲਣ ਜਾ ਰਿਹਾ ਹੈਗਾ ਯਾਰ ਦੋਸਤ ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿ ਰਿਹਾ ਹੈਗਾ ਪਰਿਵਾਰ ਨੂੰ ਮਿਲਣ ਜਾ ਰਿਹਾ ਹੈ ਜਿਹੜੀ ਵੀ ਤੁਸੀਂ ਗੱਲ ਸੋਚ ਰਹੇ ਹੋ ਅਨਫੋਰਚਨਟਲੀ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਹਕੀਕਤ ਹੈਗੀ ਹੈ ਔਰ ਇਹ ਹਕੀਕਤ ਪਹਿਲੇ ਵੀ ਸੀ ਔਰ ਮੈਂ ਸਮਝਣਾ ਹੈ ਕਿ ਅੱਜ ਤੱਕ ਵੀ ਇਹਦੇ ਕੋਈ ਖਾਸ ਸੁਧਾਰ ਨਹੀਂ ਹੋਏ ਉਸੇ ਪਹਿਲਾ ਜ਼ਿਕਰ ਕੀਤਾ ਹੈ ਕਿ ਜਿੱਦਾਂ ਫਿਲਮਾਂ 'ਚ ਗਲੋਰੀਫਾਈ ਕੀਤੀ ਜਾਂਦਾ ਹੈ ਜੇ ਲਾਈਟਿੰਗ ਜਿਆਦਾ ਥੋੜਾ ਜਾਨੂੰ ਕੰਦੀ ਕਰਕੇ ਦਿਖਾਇਆ ਜਾਂਦਾ ਉੰਨੀ ਜ਼ਿਆਦਾ ਨਹੀਂ ਹੈ ਪਰ ਜੋ ਕੁਝ ਤੁਸੀਂ ਦੱਸ ਰਹੇ ਹੋ ਮੇਰੇ ਖਿਆਲ 'ਚ ਉਸ ਤੋਂ ਘੱਟ ਵੀ ਨਹੀਂ ਹੈ ਜਦੋਂ ਤਾਂ ਸਾਡਾ politicl system ਤੇ ਵਿੱਚ exchange ਨਹੀਂ ਆਦਾ ਜਦੋਂ ਤਾਂ ਜਨਤਾ ਇਸ ਬਾਰੇ ਅਵੇਅਰ ਨਹੀਂ ਹੁੰਦੀ ਹੈ ਅਗਰ ਕੋਈ ਸਮਝਦਾ ਹੈ ਜੇ ਗੈਂਗਸਟਰ ਖਤਮ ਹੋ ਜਾਏਗਾ ਮੁਕ ਗਿਆ ਉਹਨੂੰ ਇਸ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਆਕਿੰਗਰ ਪਰਸਨ ਲਿਵਿੰਗ ਇਨ ਪੁਬਲਿਕ ਲਾਈਫਸ ਸਟੂਡੋਕਟਰ ਮੈਂ ਥੋੜਾ ਹੋਸਟ ਨੀਲ ਭਲਿੰਦਰ ਸਿੰਘ ਪੰਜਾਬ ਦੇ ਵਿੱਚ ਲੋਕਲ ਬਾਡੀਜ਼ ਦੀਆਂ ਚੋਣਾਂ ਹੁਣੇ-ਹੁਣੇ ਨੇਪਰੇ ਚੜੀਆਂ ਨੇ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਵੀ ਬਹੁਤ ਥਾਵਾਂ ਦੇ ਉੱਤੇ ਦਰਜ ਕੀਤੀ ਹੈ ਪਰ ਕਾਂਗਰਸ ਪਾਰਟੀ ਲਈ ਹੀ ਇਹ ਚੋਣਾਂ ਦਾ ਆਖਰੀ ਦਿਨ ਰਿਜ਼ਲਟ ਵਾਲਾ ਜਿਹੜਾ ਦਿਨ ਸੀ ਉਹ ਘੜੀ ਜਿਹੜੀ ਸੀ ਉਹ ਮੰਦਭਾਗੀ ਹੋਊ ਜਰੀ ਕਾਂਗਰਸ ਪਾਰਟੀ ਦੇ ਫਰੀਦਕੋਟ ਤੋਂ ਜ਼ਿਲ੍ਹਾ ਯੂਥ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਲਾਲ ਪਹਿਲਵਾਨ ਨਾਮ ਦੇ ਨੌਜਵਾਨ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਇਸ ਦੀ ਜ਼ਿੰਮੇਵਾਰੀ ਗਵਾਂਡੀ ਸੂਬੇ ਰਾਜਸਥਾਨ ਦੀ ਇੱਕ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਬੈਠੇ ਨਾਮੀ ਗੈਂਗਸਟਰ ਲਾਰنس ਬਿਸ਼ਨੋਈ ਨੇ ਫੇਸਬੁੱਕ ਤੇ ਲਿੱਤੀ ਹੈ ਕਮਾਲ ਦੀ ਗੱਲ ਹੈ ਕਿ ਸਾਡੀਆਂ ਜੇਲ੍ਹਾਂ ਹਾਈ ਸਕਿਉਰਿਟੀ ਮੈਕਸਿਮਮ ਸਕਿਉਰਿਟੀ ਜੇਲ੍ਹਾਂ ਨੇ ਉਸ ਤੋਂ ਉਸ ਦੇ ਬਾਵਜੂਦ ਵੀ ਜਾਂ ਤਾਂ ਜੇਲ੍ਹਾਂ ਦੇ ਅੰਦਰੋਂ ਚੀਜ਼ਾਂ ਆਪਰੇਟ ਹੋ ਰਹੀਆਂ ਨੇ ਨਹੀਂ ਰੋਕੀਆਂ ਜਾ ਰਹੀਆਂ ਜਾਂ ਫਿਰ ਹੈਂਡਲਰ ਜਿਹੜੇ ਨੇ ਉਹ ਵਿਦੇਸ਼ਾਂ 'ਚ ਬੈਠੇ ਨੇ ਜੇਲ੍ਹਾਂ ਦੀ ਸਥਿਤੀ ਕੀ ਹੈ ਸਾਡੇ ਸੂਬੇ ਦਾ ਜਾਂ ਗਵਾਂਧੀ ਸੂਬਿਆਂ ਦਾ ਜੋ ਗੈਂਗਸਟਰਾਂ ਨੂੰ ਲੈ ਕੇ ਸਟਰਕਚਰ ਹੈ ਕਿਉਂਕਿ ਵਿੱਕੀ ਗੌਂਦਰ ਤੋਂ ਬਾਅਦ ਜਦੋਂ ਵੀ ਕੀ ਗੌਂਡਰ ਨੂੰ ਮਾਰਿਆ ਗਿਆਜ ਤੋਂ 3 ਸਾਲ ਪਹਿਲਾਂ ਕਰੀਬ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸਾਹਿਬ ਨੇ ਬੜੇ ਵੱਡੇ ਦਮਕਜੇ ਮਾਰੇ ਸਨ ਬੜੇ ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਹੁਣ ਗੈਂਗਸਟਰ ਮੁਕਤ ਹੋ ਚੁੱਕਾ ਹੈ ਉਹਨਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਗੈਂਗਸਟਰ ਜਿਹੜੇ ਨੇ ਉਹ ਪਿਛਲੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ 10 ਸਾਲਾਂ ਦੇ ਕਾਰਜਕਾਲ ਦੀ ਦੇਣ ਨੇ ਤੇ ਕਾਂਗਰਸ ਜਿਹੜੀ ਹੈ ਉਹ ਗੈਂਗਸਟਰ ਕਲਚਰ ਦੇ ਵਿੱਚ ਬਲੀਵ ਨਹੀਂ ਕਰਦੀ ਤੇ ਉਹਨਾਂ ਨੇ ਕਈ ਗੈਂਗਸਟਰਾਂ ਨੂੰ ਫੜ ਲਿਆ ਕਈਆਂ ਨੂੰ ਪੁਲਿਸ ਵਾਲਿਆਂ ਨੂੰ ਭਜਵਾ ਕੇ ਜਾਂ ਹੋਰ ਬੰਦੇ ਵਿੱਚ ਪਵਾ ਕੇ ਕਈਆਂ ਨੂੰ ਆਤਮ ਸਮਰਪਣ ਲਈ ਬਣਾ ਲਿਆ ਜਾਂ ਫਿਰ ਕਈਆਂ ਨੂੰ ਮੁਕਾਬਲਿਆਂ 'ਚ ਮਾਰ ਮੁਕਾਇਆ ਗਿਆ ਸੁੱਖਾ ਕਾਲ ਵਾਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਸੀ ਖੈਬਾਜੀ 'ਚ ਮਾਰਿਆ ਗਿਆ ਸੀ ਜਾਂ ਉਸ ਤੋਂ ਪਹਿਲਾਂ ਕਿੰਨੇ ਹੀ ਹੋਰ ਮਾਮਲੇ ਹੋਏ ਨੇ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਦੇ ਦਾਅਵਿਆਂ ਦੇ ਬਾਵਜੂਦ ਵੀ ਪੰਜਾਬ ਦੇ ਡੀਜੀਪੀ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤੇ ਹੁਣ ਦੇ ਡੀਜੀਪੀ ਦਿਨਕਰ ਗੁਪਤਾ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਵੀ ਇਹ ਘਟਨਾਵਾਂ ਨਹੀਂ ਰੁਕ ਰਹੀਆਂ ਸ਼ੋਰ ਚੱਕਰ ਵੀ ਜੀਤਾ ਉਹਨਾਂ ਇੱਕ ਵਿਅਕਤੀ ਨੂੰ ਮਾਰਿਆ ਗਿਆ ਤਰਨਤਾਰਨ ਦੇ ਵਿੱਚ ਉਸ ਤੋਂ ਬਾਅਦ ਪਰਸੋ ਚੌਥੇ ਜਿਹੜੀ ਹੈਗੀ ਆ ਹੁਸ਼ਿਆਰਪੁਰ ਜ਼ਿਲ੍ਹੇ ਚ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਰਾਤ ਨੂੰ ਗੋਲੀ ਚੱਲੀ ਹੈ ਜਿਹਦੇ ਚ ਇੱਕ ਕਈ ਦੋ ਬੰਦਾ ਮਾਰੇ ਗਿਆ ਤੇ ਇਹ ਤਾਜ਼ਾ ਤੱਕ ਕਾਂਗਰਸ ਦਾ ਹੀ ਯੂਥ ਪ੍ਰਧਾਨ ਫਰੀਦਕੋਟ ਵਰਗੇ ਘੁਗ ਵਸਦੇ ਸ਼ਹਿਰ ਦੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਇਸ ਸਾਰੀ ਜੋ ਅਸੀਂ ਇਹ ਗੱਲ ਡਿਸਕਸ ਕੀਤੀ ਹੈ ਇਸ ਤੋਂ ਹੀ ਅਸੀਂ ਹੁਣ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਇਸ ਵੇਲੇ ਸੁਰੱਖਿਅਤ ਹੱਥਾਂ 'ਚ ਹੈ ਤੇ ਜੋ ਮਹਿਮਾਨ ਸਾਡੇ ਨਾਲ ਇਸ ਵਕਤ ਬਣੇ ਹੋਏ ਨੇ ਉਹਨਾਂ ਦਾ ਸਬੰਧ ਜਿੱਦਾ ਸਿੱਧਾ-ਸਿੱਧਾ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨਾਲ ਹੈ ਪੰਜਾਬ ਦੀਆਂ ਜੇਲਾਂ ਨਾਲ ਹੈ ਕਿਉਂਕਿ ਉਹ ਪੰਜਾਬ ਦੇ ਡੀਜੀਪੀ ਜੇਲਾ ਰਹਿ ਚੁੱਕੇ ਨੇ ਸ੍ਰੀ ਸ਼ਸ਼ੀਕਲ ਜੀ ਸਰ ਸਸੀਕਲ ਜੀ ਸਰ ਸਸੀਕਲ ਜੀ ਪਹਿਲੀ ਟਿੱਪਣੀ ਕੀ ਦੋਗੇ ਸਰ ਇਹ ਤਾਜ਼ਾ ਜੋ ਘਟਨਾ ਵਾਪਰੀ ਹੈ ਤੁਸੀਂ ਦੇਖੀ ਵੀ ਹੈ ਖਬਰਾਂ ਉਹਦੇ ਸਿੱਧੀ ਟਿੱਪਣੀ ਇਹੀ ਬਣਦੀ ਹੈਗੀ ਉਹ ਸਹੀ ਟਿੱਪਣੀ ਬਣਦੀ ਹੈਗੀ ਬੜੀ ਮੰਦ ਭਾਗੀ ਘਟਨਾ ਹੈਗੀ ਇਹ ਇਹ ਸਿਰਫ ਲਾਅ ਐਂਡ ਆਰਡਰ ਸਿਚੁਏਸ਼ਨ ਜੜੀ ਹੈਗੀਏ ਉਹਦੇ ਉੱਤੇ ਹੀ ਰਿਫਲੈਕਟ ਨਹੀਂ ਕਰਦੀ ਹੈਗੀਏ ਬਲਕਿ ਇਹਦਾ ਪੋਲਿਟੀਕਲ ਸਿਨੈਰੀਓ ਹੈਗਾ ਸਾਡਾ ਜਿਹੜਾ ਸੋਸ਼ਲ ਸਿਨੈਰੀਓ ਹੈਗਾ ਉਹਦੇ ਉੱਤੇ ਵੀ ਇਹ ਰਿਫਲੈਕਟ ਕਰਦੀ ਹੈਗੀਏ ਤੇ ਸਿਰਫ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਪੋਲਿਟੀਕਲ ਰਾਈਵਲਰੀ ਸੀ ਜਾਂ ਜਿ세ਆਂ ਗੱਲਾਂ ਆ ਰਹੀਆਂ ਨੇ ਕਿਸੀ ਸਿਕਿਉਰਿਟੀ ਜੇਲ ਦੇ ਵਿੱਚੋਂ ਇਸ ਤਰ੍ਹਾਂ ਦੇ ਕੋਈ ਨਿਰਦੇਸ਼ ਪਾਸ ਹੋਏ ਸਨ ਕਿ ਇਸ ਵਿਅਕਤੀ ਨੂੰ ਮਾਰਿਆ ਜਾਏ ਮਨੂੰ ਨਹੀਂ ਪਤਾ ਹੈ ਸਹੀ ਗੱਲ ਹੈਗੀਏ ਗਲਤ ਗੱਲ ਹੈਗੀਏ ਪਰ ਇਹ ਜਿਹੜੀ ਗੱਲ ਹੈਗੀ ਹੈ ਮੈਂ ਸਮਝਣਾ ਜੇ ਸਾ ਤੁਸੀਂ ਵੀ ਕਹਿ ਰਹੇ ਹੋ ਇਸ ਪੂਰੀ ਗੱਲ ਦੇ ਉੱਤੇ ਕਾਫੀ ਵਿਸਤਾਰ ਦੇ ਵਿੱਚ ਡਿਟੇਲ ਦੇ ਵਿੱਚ ਡਿਲੀਬਰੇਟ ਕਰਨਾ ਬੰਦਾ ਹੈ ਜੀ ਤੁਸੀਂ ਪੰਜਾਬ ਦੇ ਡੀਜੀਪੀ ਜ਼ੇਲਾ ਰਹਿ ਚੁੱਕੇ ਹੋ ਕੀ ਲੱਗਦਾ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਜੋ ਕ੍ਰਿਮੀਨਲ ਨੇ ਉਹ ਇਸ ਤਰ੍ਹਾਂ ਜੋ ਆਪਰੇਟ ਕਰ ਸਕਦੇ ਨੇ ਪੋਸਿਬਿਲਟੀ ਹੈ ਖਾਸ ਕਰਕੇ ਜਦੋਂ ਅੱਜ ਕੱਲ੍ਹ ਜੈਮਰ ਲੱਗਣ ਲੱਗ ਪਏ ਨੇ ਹਾਈ ਸਕਿਉਰਿਟੀ ਜੇਲ੍ਹਾਂ ਬਣਨ ਲੱਗ ਪਈਆਂ ਨੇ ਜੈਮਰ ਲਗਣ ਚਾਹੇ ਨਾ ਲਗਣ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਹੈ ਜੀ ਕਿਉਂਕਿ ਜਿਹੜੇ ਜੇਲ੍ਹ ਦੇ ਵਿੱਚ ਸ਼ਾਰਟਕਮਿੰਗਸ ਹੈਗੀਆਂ ਨੇ ਉਹ ਪਹਿਲੇ ਵੀ ਸਨ ਹੁਣ ਵੀ ਹੈਗੀਆਂ ਨੇ ਜਿਲਾਂ ਦੀ ਜੇ ਗੱਲ ਕਰੀਏ ਅਸੀਂ ਤੇ ਮੈਂ ਫਿਰ ਇੱਕ ਮੋਟੀ ਜਿਹੀ ਗੱਲ ਕਰਨਾ ਚਾਹਾਂਗਾ ਜਿਸ ਤਰ੍ਹਾਂ ਕਿ ਮੂਵੀਜ਼ ਦੇ ਵਿੱਚ ਵਿਖਾਉਂਦੇ ਹੈਗੇ ਆ ਲਾਅ ਐਂਡ ਆਰਡਰ ਸਿਚੁਏਸ਼ਨ ਓਪਨ ਸੋਸਾਇਟੀ ਦੇ ਵਿੱਚ ਉਹ ਜਿੱਚ ਨੂੰ ਥੋੜਾ ਬढ़ा ਚੜਾ ਕਰਕੇ ਉਹਦੇ ਵਿੱਚ ਵਿਖਾਇਆ ਜਾਂਦਾ ਹੈ ਪਰ ਬੇਸਿਕ ਸਿਚੁਏਸ਼ਨ ਉਹੀ ਰਹਿੰਦੀ ਹੈਗੀ ਕਿ ਸਮਾਜ ਦੇ ਵਿੱਚ ਵੀ ਸਾਡੇ ਇਸ ਤਰ੍ਹਾਂ ਦੀ ਬੁਰਾਈਆਂ ਹੈਗੀਆਂ ਨੇ ਇਹ ਚੀਜ਼ ਜਿਲਾਂ ਦੀ ਹੈਗੀ ਹੈ ਜਿਹੜਾ ਵੀ ਮੂਵੀਜ਼ ਦੇ ਵਿੱਚ ਦਿਖਾਇਆ ਜਾਂਦਾ ਹੈਗਾ ਬਹੁਤ ਬढ़ा ਚੜਾ ਕੇ ਵਿਖਾਇਆ ਜਾਂਦਾ ਪਰ ਬੇਸਿਕ ਜੇਲਾਂ ਦੇ ਅੰਦਰ ਵੀ ਉਸ ਤਰ੍ਹਾਂ ਦੀ ਗੱਲ ਹੈਗੀਏ ਜੇਲ ਪ੍ਰਸ਼ਾਸਨ ਜੇਲਾਂ ਦੇ ਵਿੱਚ ਜਿਹੜੇ ਉਹਨਾਂ ਦਾ ਕਾਨੂੰਨ ਵਿਵਸਥਾ ਹੈਗੀਏ ਇੰਟਰਨਲ ਕਹ ਰਹੇ ਆ ਸਰਕਾਰੀ ਕਾਨੂੰਨ ਤਾਂ ਕਲ ਨਹੀਂ ਕਰ ਰਹੇ ਹੈਗੇ ਜੇਲਾਂ ਦੇ ਅੰਦਰ ਵੀ ਉਹਨਾਂ ਦਾ ਆਪਣਾ ਇੱਕ ਕਾਨੂੰਨ ਜਿਹਾ ਚੱਲਦਾ ਹੈਗਾ ਤੇ ਉਹ ਕਾਨੂੰਨ ਬਾਹਰ ਦੇ ਕਾਨੂੰਨ ਤੋਂ ਬਿਲਕੁਲ ਵੱਖ ਹੈਗਾ ਤੇ ਤੁਸੀਂ ਕਿਹਾ ਕਿ ਇਹ ਨਿਰਦੇਸ਼ ਦੀ ਗੱਲ ਹੈਗੀਏ ਜਾਂ ਕਿ ਉੱਥੋਂ ਕੋਈ ਇਸ ਤਰ੍ਹਾਂ ਦੀ ਗੱਲਾਂ ਆ ਸਕਦੀਆਂ ਨੇ ਨਹੀਂ ਆ ਸਕਦੀਆਂ ਮੈਂ ਤਾਂ ਉਹਨੂੰ ਆਪਣੇ ਜ਼ਮਾਨੇ ਦੀ ਇੱਕ ਛੋਟੀ ਜਿਹੀ ਗੱਲ ਦੱਸਣਾ ਹੈਗਾ ਇੱਕ ਪਾਰਟਿਕੂਲਰ ਜੇਲ ਸੀ ਉਸ ਜੇਲ੍ਹ ਦੇ ਵਿੱਚ ਕੋਈ ਬੰਦਾ ਸੀ ਉਹਦਾ ਨਾਮ ਐ ਨਹੀਂ ਲੈ ਰਿਆ ਹੈ ਗੈਂਗ ਹਮੇਸ਼ਾ ਉਹਦੇ ਲਈ ਸਿਫਾਰਿਸ਼ਾਂ ਆਉਂਦੀਆਂ ਸੀ ਬੜੇ ਚੰਗੇ ਚੰਗੇ ਪੋਲਿਟੀਕਲ ਸਰਕਲਸ ਤੋਂ ਵੀ ਕਿ ਇਹਨੂੰ A ਜੇਲ੍ਹ ਤੋਂ B ਜੇਲ੍ਹ ਚ ਭੇਜ ਦਿਓ B ਤੋਂ C ਭੇਜ ਦਿਓ D ਭੇਜ ਦਿਓ ਰਜਿਸਟਰ ਸੀ ਉਹ ਕਿ ਇਹ ਕੋਈ ਪੋਲਿਟੀਕਲ ਉਹ ਹੀ ਵਾਸ ਨਾ ਆਰਡੀਨਰੀ ਕ੍ਰਾਈਮਨਲ ওকে ਹੀ ਵਾਸ ਨ ਆਰਡੀਨਰੀ ਕ੍ਰਾਈਮਨਲ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਇੱਕ ਹਾਂਜੀ ਇਹ ਤੋਂ B ਚ ਭੇਜ ਦਿਓ B ਤੋਂ C ਚ ਭੇਜ ਦਿਓ ਕਾਰਨ ਉਹ ਜੇਲ੍ਹ ਦੇ ਵਿੱਚ ਬੈਠਾ ਬੈਠਾ ਹੀ ਲੋਕਾਂ ਦੇ ਕਬਜ਼ੇ ਬਾਹਰ ਕਰਾ ਦਿੰਦਾ ਸੀ ਲੋਕਾਂ ਦੇ ਕਬਜ਼ੇ ਬਾਹਰ ਛੁਲਾ ਦਿੰਦਾ ਸੀ ਹੋ ਜਿਹੜੇ ਗੈਂਗਸਟਰਸ ਵਾਰਦੇ ਹੈਗੇ ਨੇ ਉਹਨਾਂ ਨੂੰ ਜਿਹੜੇ ਕੋਈ ਡਾਇਰੈਕਸ਼ਨਸ ਦੇਣੀਆਂ ਹੈਗੀਆਂ ਨੇ ਉਹ ਵੀ ਉਹਦੇ 'ਚ ਉਹਨਾਂ ਨੂੰ ਦੇਂਦਾ ਸੀ ਔਰ ਇੱਕ ਹੋਰ ਗੱਲ ਦੱਸਾਂਗਾ ਤੁਹਾਨੂੰ ਇੱਕ ਹੋਰ ਜੇਲ੍ਹ ਸੀ ਜਿੱਥੇ ਤੁਸੀਂ ਉਸ ਸਮਾ ਦਾ ਸਮਾ ਵੇਖੋ ਇੱਕ ਪਾਰਟਿਕੂਲਰ ਵੱਡੀ ਜੇਲ੍ਹ ਹੈਗੀ ਕਾਫੀ ਪੁਰਾਣੀ ਜੇਲ੍ਹ ਹੈਗੀ ਇਹ ਜੀ ਉਹਦਾ ਸੁਪਰਿੰਟੈਂਡੈਂਟ ਅਤੇ ਉਹਦੇ ਜਿਹੜੇ ਵਾਰਡਰਸ ਹਨ ਉਹਦੇ ਵਾਰਡਰਸ ਜਿਹੜੇ ਸਨ ਉਹਨਾਂ ਦੇ ਤੇ ਲੱਤਾਂ ਪੰਦਿਤੀਆਂ ਸਨ ਜੇਲ੍ਹ ਤੋਂ ਬਾਹਰ ਇਸੇ ਗੱਲ ਦੇ ਉੱਤੇ ਕਿ ਕੋਈ ਗੈਂਗਸਟਰਸ ਸੀ ਉੱਥੇ ਜਿੰਨੇ ਉੱਤੇ ਇੱਕ ਸਖਤੀ ਹੋ ਰਹੀ ਸੀ। ਹਾਂ। ਔਰ ਜੇਲ ਦੇ ਜਿਹੜਾ ਸੁਪਰਡੈਂਟ ਸੀ ਉਹਨੂੰ ਵੀ ਇਨੀ ਤਮਕੀਆ ਦਿੱਤੀਆਂ ਗਈਆਂ ਸਨ ਕਿ ਉਹ ਸੁਲੇ ਦੇ ਜਿਹੜੇ ਮੁੱਖ ਮੰਤਰੀ ਸਨ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨੇ ਕਿ ਉਹਨੂੰ ਇਸ ਜੇਲ ਤੋਂ ਕੱਢ ਕੇ ਕਿਸ ਜੋੜ ਜੇਲ ਦੇ ਵਿੱਚ ਭੇਜਵਾ ਦਿੱਤਾ ਗਿਆ। ਇਹ ਮੈਂ ਗੱਲ ਕਰਦੇ ਹਾਂ ਜੇਲ ਸੁਪਰਡੈਂਟ ਦੀ। ਜਿਸ ਸਮੇਂ ਮੈਂ ਕਿਹਾ ਕਿ ਜੇਲ੍ਹਾਂ ਦੇ ਵਿੱਚ ਇੱਕ ਆਪਣਾ ਹੀ ਕਾਨੂੰਨ ਚੱਲਦਾ ਹੈਗਾ ਉਹਦੇ ਵਿੱਚ ਆਪਣਾ ਹੀ ਕੁਝ ਰਾਜ ਹੁੰਦਾ ਹੈਗਾ ਜਿਹੜੀ ਬਦਕਿਸਮਤੀ ਵਾਲੀ ਗੱਲ ਹੈਗੀ ਇਹ। ਪਰ ਅਗੇਨ ਇਟਸ ਅ ਫੈਕਟ। ਯੈਸ। ਮਤਲਬ ਕਿ ਜੇਲ੍ਹਾਂ ਦੇ ਅੰਦਰ ਵੀ ਖੌਫ ਜਿਹੜਾ ਹੈਗਾ ਮੁਜਰਮਾਂ ਦਾ ਜਿਹੜਾ ਇੰਨਾ ਜ਼ਿਆਦਾ ਹੈ ਕਿ ਜੇਲ ਸੁਪਰਡੈਂਡੈਂਟ ਤੱਕ ਨੂੰ ਜਿਹੜਾ ਹੈਗੀ ਆਪਣੀ ਸੁਰੱਖਿਆ ਦੀ ਦੁਹਾਈ ਆਪਣੇ ਮੁੱਖ ਮੰਤਰੀ ਕੋਲ ਕਰਨੀ ਪੈ ਗਈ ਹੈ। ਦੂਜੀ ਗੱਲ ਮੈਂ ਇਹ ਲੈ ਕੇ ਤੁਸੀਂ ਇਹ ਕਿਹਾ ਕਿ ਜੇਲ੍ਹਾਂ ਦੇ ਅੰਦਰ ਇੱਕ ਆਪਣੀ ਤਰ੍ਹਾਂ ਦੀ ਰਾਜ ਸੱਤਾ ਹੁੰਦੀ ਹੈ। ਆਪਣੀ ਤਰ੍ਹਾਂ ਦਾ ਤੰਤਰ ਕੰਮ ਕਰ ਰਿਹਾ ਹੁੰਦਾ ਹੈ। ਤੁਸੀਂ ਜੇਲ੍ਹਾਂ ਦੇ ਵਿੱਚ ਬਹੁਤ ਸਮਾਪ ਪ੍ਰਸ਼ਾਸਨ ਸੰਭਾਲਿਆ ਹੈ। ਕੀ ਲੱਗਦਾ ਹੈ ਕਿ ਜੇਲ੍ਹਾਂ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਹੈ? ਕਿ ਉਹ ਛੋਟੀ ਛੋਟੀ ਕਰਪਸ਼ਨ ਜਿਹੜੀ ਹੈਗੀ ਆ ਇਸ ਤਰ੍ਹਾਂ ਦੇ ਸਕਿਉਰਿਟੀ ਲੂਪ ਹੋਲ ਲੀਕਸ ਜਿਹੜੇ ਨੇ ਉਹ ਕ੍ਰੀਏਟ ਕਰ ਦਿੰਦੀ ਹੈ ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਨੇੜੇੋਂ ਦੇਖਿਆ ਲੇਕੋ ਤੁਸੀਂ ਇੱਕ ਗੱਲ ਕੀਤੀ ਤੁਸੀਂ ਇੱਕ ਗਲਤ ਸ਼ਬਦ ਇਸਤੇਮਾਲ ਕੀਤਾ ਛੋਟਾ ਮੋਟਾ ਤੁਸੀਂ ਕਿਹਾ ਕਰਪਸ਼ਨ ਉਹ ਛੋਟਾ ਮੋਟਾ ਕਰਪਸ਼ਨ ਜਿਹਲਾ ਚ ਨਹੀਂ ਹੈਗਾ ਹੈ ਉਹਦੇ ਵੱਡੇ ਸਤਰ ਦਾ ਅਨਵਾਦਾ ਕਰਪਸ਼ਨ ਹੈਗਾ ਹੈ ਹਰ ਤਰੀਕੇ ਨਾਲ ਜੇ ਕਿਸੇ ਬੰਦੇ ਨੂੰ ਕੋਈ ਸੇਫ ਰਹਿਣ ਨੂੰ ਥਾਂ ਚਾਹੀਦੀ ਹੈਗੀ ਉਹਦੇ ਲੋਗ ਰਾਈ ਹੁੰਦੀ ਹੈਗੀ ਉਹਨੂੰ ਚੰਗਾ ਖਾਣਾ ਮਿਲਣਾ ਹੈਗਾ ਉਦੀ ਉਗराई ਹੁੰਦੀ ਹੈਗੀ ਐ ਉਹਦੀ ਸੇਵਾ ਸਤਕਾਰ ਦੇ ਵਿੱਚ ਕਿੰਨੇ ਬੰਦੇ ਲੱਗੜੇ ਹੈਗੇ ਨੇ ਉਹਦੀ ਉਗराई ਹੁੰਦੀ ਹੈਗੀ ਐ ਬੰਦੇ ਨੂੰ ਜੇ ਕੋਈ ਇੰਟੌਕਸਿਕੈਂਸ ਚਾਹੀਦੇ ਹੈਗੇ ਨੇ ਉਹਦੇ ਲਈ ਉਗराई ਹੁੰਦੀ ਹੈਗੀ ਐ ਜੇ ਬੰਦਾ ਜੇਲ੍ਹ ਦੇ ਵਿੱਚ ਬੈਠਾ ਬੈਠਾ ਆਪਣੀ ਬੈਰਕ 'ਚ ਅੱਕ ਗਿਆ ਤਾਂ ਉਹਨੂੰ ਜੇਲ੍ਹ ਦਾ ਹਸਪਤਾਲ ਜਿਹੜਾ ਹੈਗਾ ਉਹਦੇ 'ਚ ਭੇਜਣ ਲਈ ਉਗराई ਹੁੰਦੀ ਹੈਗੀ ਐ ਜੇਲ੍ਹ ਤੋਂ ਬਾਹਰ ਜਾਣਾ ਚਾਹੁੰਦਾ ਹੈਗਾ ਤਾਂ ਜੇਲ੍ਹ ਤੋਂ ਬਾਹਰ ਉਹਨੂੰ ਸਰਕਾਰੀ ਹਸਪਤਾਲ ਦੇ ਨਾਂ ਤੇ ਭੇਜ ਦਿੱਤਾ ਜਾਂਦਾ ਹੈਗਾ ਔਰ ਸਰਕਾਰੀ ਹਸਪਤਾਲ ਤੋਂ ਕੀ ਹੁੰਦਾ ਹੈ ਕਈ ਵਾਰੀ ਐਂਟਰੀ ਹੋ ਗਈ ਸਰਕਾਰੀ ਹਸਪਤਾਲ ਚ ਉੱਥੇ ਬੰਦਾ ਜਿਹੜਾ ਹੈਗਾ ਜਾਂ ਤੇ ਹੋਟਲ ਦੇ ਵਿੱਚ ਆਪਣੇ ਕਿਸੇ ਨੂੰ ਮਿਲਣ ਜਾ ਰਿਹਾ ਹੈਗਾ ਯਾਰ ਦੋਸਤ ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿ ਰਿਹਾ ਹੈਗਾ ਪਰਿਵਾਰ ਨੂੰ ਮਿਲਣ ਜਾ ਰਿਹਾ ਹੈ ਜਿਹੜੀ ਵੀ ਤੁਸੀਂ ਗੱਲ ਸੋਚ ਸਕਦੇ ਹੋ ਅਨਫੋਰਚਨਟਲੀ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਹਕੀਕਤ ਹੈਗੀ ਹੈ ਔਰ ਇਹ ਹਕੀਕਤ ਪਹਿਲੇ ਵੀ ਸੀ ਔਰ ਮੈਂ ਸਮਝਣਾ ਹੈਗਾ આજ ਤੱਕ ਵੀ ਇਸ ਕੋਈ ਖਾਸ ਸੁਧਾਰ ਨਹੀਂ ਹੋਇਆ ਪਰ ਤੁਸੀਂ ਖੁਦ ਡੀਜੀਪੀ ਪ੍ਰੇਸ਼ਨ ਰਹੇ ਹੋ ਪੰਜਾਬ ਦੇ ਤਾਂ ਇੱਕ ਕੀ ਫਿਰ ਕਾਰਨ ਬਣਦਾ ਪੋਲਿਟੀਕਲ ਜਿਹੜੀ ਹੈਗੀ ਹੈ ਇੰਟਰਫੀਰੈਂਸ ਜਿਹੜੀ ਹੈਗੀ ਹੈ ਹਾਰਡਲ ਬਣਦੀ ਹੈ ਇਸ ਸਿਚੂਏਸ਼ਨ ਨੂੰ ਅਸਪਾਣ ਚ ਤੁਹਾਡੇ ਵਰਗੇ ਕਾਬਿਲ ਅਫਸਰਾਂ ਵਾਸਤੇ ਮੈਂ ਨਹੀਂ ਕਹਿੰਦਾ ਮੇ ਕੋ ਕਾਬਿਲ ਸੀ ਮੈਂ ਇਹ ਸਮਝਦਾ ਹਾਂ ਜਿਵੇਂ ਕਿ ਬਾਕੀ ਵੀ ਕਹਿੰਦੇ ਬੜਾ ਨੈਲੈਕ ਅਫਸਰ ਸੀ ਮੈਂ ਪਰ ਇਹ ਗੱਲ ਹਕੀਕਤ ਹੈਗੀ ਹੈ ਕਿ ਪੋਲਿਟੀਕਲ ਜਿਹੜਾ ਪ੍ਰੈਸ਼ਰ ਪੈਂਦਾ ਹੈ ਅਨਿਆਂਵਾਦੀ ਅਬ ਜੇ ਤੁਸੀਂ ਤੁਹਾਨੂੰ ਧਿਆਨ ਹੋਏ ਉਸ ਸਮਾਂ ਦੇ ਜਦੋਂ ਮੈਂ ਸੀ ਜੀ ਮੈਂ ਕਿਹਾ ਸੀ ਕਿ ਜਿਹੜੇ ਵਾਰਡਰਸ ਹੈਗੇ ਨੇ ਉਹਨਾਂ ਦਾ ਸ਼ਿਫਟਿੰਗ ਹੋਣੀ ਚਾਹੀਦੀ ਹੈਗੀ ਉਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਮੈਂ 96 ਬੰਦਿਆਂ ਦੀ ਸਿਫਾਰਿਸ਼ ਕੀਤੀ ਸੀ ਕਿ ਇਹਨਾਂ ਨੂੰ ਜੇਲ੍ਹਾਂ ਤੋਂ ਟ੍ਰਾਂਸਫਰ ਕਰਨਾ ਚਾਹੀਦਾ ਹੈਗਾ ਕਿਸੇ ਹੋਰ ਜ਼ਿਲ੍ਹੇ ਚ ਭੇਜਣਾ ਚਾਹੀਦਾ ਹੈਗਾ ਸਰਕਾਰ ਦੇ ਕੋਲ ਲਿਸਟ ਪੁਜੀ ਪੁਜੀ ਬਾਅਦ ਦੇ ਵਿੱਚ ਪਹਿਲੇ ਹੁਕਮ ਆ ਗਿਆ ਫੋਨ ਦੇ ਉੱਤੇ ਕਿ ਤੁਸੀਂ ਲਿਸਟ ਕੇ ਸਿਆਸੀਅਤ ਦੇ ਨਾਲ ਭੇਜੀ ਸੀ ਔਰ ਇਨਸੀਡੈਂਟਲੀ ਫਿਰ ਇਹ ਲਿਸਟ ਜਿਹੜੀ ਹੈਗੀ ਹੈ ਉਸ ਵੇਲੇ ਇੱਕ ਤਿੰਨ ਮੈਂਬਰੀ ਕਮੇਟੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹਦੇ ਤਿੰਨ ਸਿਟਿੰਗ ਜਜ ਸਨ ਉਹਨਾਂ ਨੂੰ ਵੀ ਭੇਜ ਦਿੱਤੀ ਸੀ ਮੈਂ ਉਹਨਾਂ ਨੂੰ ਵੀ ਇਸ ਗੱਲ ਤੋਂ ਜਾਣੂ ਕਰਾਇਆ ਸੀ ਇਹ ਸਿਚੁਏਸ਼ਨ ਹੈਗੀ ਹੈ ਜਿੱਥੇ ਚਾਹੁੰਦੇ ਹੈਗੇ ਉਹ ਜੇਲ੍ਹਾਂ ਸੁਧਾਰ ਹੋਏ ਤਾਂ ਤੁਹਾਨੂੰ ਕਾਫੀ ਸਟੈਪਸ ਲੈਣੇ ਪੈਣਗੇ ਸਿਰਫ ਇਹ ਨਹੀਂ ਹੋ ਸਕਦਾ ਹੈਗਾ ਕਿ ਜਿਹੜਾ ਬੰਦਾ ਕਿੱਥੇ ਬੈਠਾ ਹੈਗਾ ਜਿੱਥੇ ਵੀ ਬੰਦਾ ਹੁੰਦਾ ਉਹਦੇ ਉਹਦੇ ਆਪਣਾ ਸੈਲਸ ਤੇ ਬਣੀ ਜਾਂਦੇ ਹੈਗੇ ਨੇ ਔਰ ਜੇਲ੍ਹਾਂ ਦੇ ਵਿੱਚ ਇੱਕ ਕੈਪਟਿਵ ਆਡੀਅנס ਹੈਗੀ ਹੈ ਜਿੱਦਕਿ ਉਹਨਾਂ ਨੂੰ ਕਈ ਵਾਰ ਲੱਗਦਾ ਹੈਗਾ ਕਿ ਉਹਨਾਂ ਨੂੰ ਵੀ ਉਹੀ ਫੈਸਿਲਿਟੀਆਂ ਤੇ ਸੁਰੱਖਿਆ ਤੇ ਜੀਵਨ ਚਾਹੀਦਾ ਜਿਹੜਾ ਕਿ ਬਾਹਰ ਹੈਗਾ ਜੀ ਉਸ ਜੀਵਨ ਨੂੰ ਵਿਤਿਤ ਕਰਨ ਲਈ ਉਸ ਤਰੀਕੇ ਦਾ ਜੀਵਨ ਸਾਰਟ ਆਫ ਟੂ ਲਿਵ ਥੈਟ ਕਾਈਂਡ ਆਫ ਲਾਈਫ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੈਗੇ ਆਂ ਔਰ ਕਰਪਸ਼ਨ ਦੀ ਇਹੀ ਜੜ ਹੈਗੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਇਸ ਇੰਟਰਵਿਊ ਦੇ ਆਪਣੀ ਸ਼ੁਰੂਆਤ ਦੇ ਵਿੱਚ ਕਿ ਜਿੱਦਾਂ ਫਿਲਮਾਂ ਚ ਗਲੋਰੀਫਾਈ ਕੀਤੀ ਜਾਂਦਾ ਜੇਲ ਲਾਈਫ ਨੂੰ ਜਿਆਦਾ ਥੋੜਾ ਜਿਹਾ ਉਹਨੂੰ ਫਿਲਮੀ ਕਰਕੇ ਦਿਖਾਇਆ ਜਾਂਦਾ 19 ਜਿਆਦਾ ਨਹੀਂ ਹੈ ਪਰ ਜੋ ਕੁਝ ਤੁਸੀਂ ਦੱਸ ਰਹੇ ਹੋ ਮੇਰੇ ਖਿਆਲ ਚ ਉਸ ਤੋਂ ਘੱਟ ਵੀ ਨਹੀਂ ਹੈ ਹਾਂ ਜਿਲ੍ਹਾ ਜਿਸ ਤਰ੍ਹਾਂ ਹੈਗਾ ਜਿਲ੍ਹਾ ਤੇ ਗਾਣੇ ਬਜਾਣੇ ਹੋ ਰਹੇਗੇ ਨੇ ਇਹ ਰਿਆ ਗਿਆ ਪਗੜੇ ਪਾਏ ਜਾ ਰਹੇ ਨੇ ਓਪਨ ਕੁਟਮਾਰ ਹੋ ਰਹੀਏਗੀ ਉਹ ਵੀ ਨਹੀਂ ਹੁੰਦਾ ਪਰ ਬਾਕੀ ਸਭ ਕੁਝ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਆ ਰਹੀਏਗੀ ਜੇਲ੍ਹ ਦੇ ਵਿੱਚ ਡਰੱਗਸ ਵੀ ਚਲਦੀਆਂ ਹੈਗੀਆਂ ਨੇ ਰੇਸ ਦੇ ਵਿੱਚ ਜਿਲ੍ਹਾ ਦੇ ਵਿੱਚ ਸੌਰੀ ਫॉर ਸੇਇੰਗ ਥਿਸ ਇਸ ਵੀ ਚਲਦਾ ਹੈਗਾ ਜਿਲ੍ਹਾ ਦੇ ਵਿੱਚ ਵਾਟ ਏਵਰ ਯੂ ਵਾਂਟ ਜੋ ਤੁਸਤ ਨੂੰ ਚੀਜ਼ ਚਾਹੀਦੇ ਜਿਲ੍ਹਾ ਦੇ ਵਿੱਚ ఎవਰੀਥਿੰਗ ਇਜ਼ ਅਵੇਲੇਬਲ ਬਟ ਐਟ ਅ ਪ੍ਰਾਈਸ ਇੱਕ ਪ੍ਰਾਈਸ ਤੇ ਨਾਲ ਉਹਦੀ ਕੀਮਤ ਹੁੰਦੀ ਹੈ ਜਿਹਦਾ ਪਿਛਲੇ 1.5 ਸਾਲ ਪਹਿਲਾਂ ਵੀ ਮੇਰੇ ਖਿਆਲ ਸੈਂਟਰਲ ਜੇਲ ਪਟਿਆਲਾ ਦਾ ਵੀ ਇੱਕ ਕਿੱਸਾ ਸਾਹਮਣੇ ਆਇਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਗਤੀਵਿਧੀਆਂ ਜੇਲ੍ਹਾਂ ਦੇ ਅੰਦਰ ਹੁੰਦੀਆਂ ਨੇ ਆਪਾਂ ਮੁੜ ਕੇ ਮੁੱਖ ਮੁੱਦੇ ਤੇ ਆਉਨੇ ਆ ਗੈਂਗਸਟਰ ਜਿਹੜਾ ਗੈਂਗਵਾਰ ਜਿਹੜੀ ਦੁਬਾਰਾ ਚੱਲ ਪਈ ਹੈ ਇੱਕ ਵਾਰ ਲੱਗਿਆ ਸੀ ਵਿੱਕੀ ਗੌਂਦਰ ਤੇ ਉਸ ਤੋਂ ਪਹਿਲਾਂ ਰੌਕੀ ਦਾ ਮਰਡਰ ਹੋ ਜਾਂਦਾ ਹੈ ਤੇ ਉਹਨਾਂ ਦਿਨਾਂ 'ਚ ਹੀ ਸਖਾ ਕਾਲਮਾ ਖਰ ਇਹਨਾਂ ਨੇ ਮਾਰ ਮੁਕਾਇਆ ਸੀ ਜਾਂ ਹੋਰ 2-3 ਜਿਹੜੇ ਚੋਟੀ ਦੇ ਗੈਂਗਸਟਰ ਸੀ ਜਾਂ ਤਾਂ ਉਹ ਮਾਰ ਮੁਕਾਏ ਗਏ ਜਾਂ ਉਹ ਫੜ ਕੇ ਜੇਲ੍ਹਾਂ ਸੁੱਟ ਦਿੱਤੇ ਗਏ ਉਸ ਤੋਂ ਬਾਅਦ ਲੱਗਿਆ ਸੀ ਕਿ ਥੋੜਾ ਜਿਹਾ ਹੁਣ ਕੰਮ ਰੁਕ ਗਿਆ ਕਿਉਂਕਿ ਇਹਨਾਂ ਨੇ 4-5 ਸਟੇਟਾਂ ਨੇ ਆਪਸ 'ਚ ਕੋਆਰਡੀਨੇਸ਼ਨ ਕਮੇਟੀ ਵੀ ਬਣਾਈ ਹੋਈ ਹੈ ਹੁਣ ਸ਼ਾਇਦ ਉਹਦੀਆਂ ਮੀਟਿੰਗਾਂ ਘੱਟ ਹੁੰਦੀਆਂ ਨੇ ਪਰ ਉਦੋਂ ਵਿਕੀ ਗੌਂਦਰ ਤੱਕ ਮੀਟਿੰਗਾਂ ਬਹੁਤ ਹੁੰਦੀਆਂ ਰਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਵੀ ਵਿੱਚ ਹੈ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਯੂਪੀ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਗੈਂਗਵਾੜ ਜਿਹੜਾ ਗੈਂਗਸਟਰिजਮ ਜਿਹੜਾ ਹੈਗਾ ਉਹ ਦੁਬਾਰਾ ਆ ਰਿਹਾ ਹੈ ਪੰਜਾਬ ਦੇ ਵਿੱਚ ਜਾਂ ਸਾਡੀਆਂ ਇਨਸਟੇਟਾਂ ਦੇ ਵਿੱਚ ਕਿਉਂ ਕਿਉਂਕਿ ਇਹਦੀ ਬੈਕਡ੍ਰੌਪ ਦੇ ਵਿੱਚ ਇੱਕ ਚੀਜ਼ ਮੈਂ ਤੁਹਾਡਾ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕਿ ਇੱਕ ਟਾਰਗੇਟ ਕਿਲਿੰਗ ਦਾ ਰੁਝਾਨ ਵੀ ਪੰਜਾਬ 'ਚ ਚੱਲਦਾ ਰਿਹਾ ਹੈ ਫਿਰ ਉਹ ਇਸ ਚੋਂ ਹੀ ਨਿਕਲਦਾ ਅੱਗੇ ਜਾ ਕੇ ਟਾਰਗੇਟ ਕਿਲਿੰਗ ਕਿਉਂਕਿ ਜਿਹੜੇ ਗੈਂਗਸਟਰਸ ਦੀ ਗੱਲ ਕਰਦੇ ਹੈਗੇ ਉਹ ਗੈਂਗਸਟਰਸ ਕਿੱਥੇ ਨਹੀਂ ਹੈਗੇ ਨੇ ਅਸੀਂ ਇੱਥੇ ਪੰਜਾਬ ਦੇ ਵਿੱਚ ਕੁਝ ਹੋਰ ਸਟੇਟ ਦੇ ਗੈਂਗਸਟਰ ਕਹਿੰਦੇ ਹੈਗੇ ਨੇ ਯੂਪੀ ਦੇ ਵਿੱਚ ਉਹਨਾਂ ਨੂੰ ਬਾਹੂਬਲੀ ਕਹਿੰਦੇ ਹੈਗੇ ਨੇ ਹਾਂ ਹੁਣੇ ਮਾਰਿਆ ਪਿੱਛੇ ਜਿਹੜਾ ਹ ਇਕੋ ਅਸਮਾਨ ਤੋਂ ਤੇ ਨਹੀਂ ਦਿਖਦੇ ਹੁੰਦਾ ਕੀ ਹੈਗਾ ਇਹ ਸਾਰੇ ਗੈਂਗਸਟਰਸ ਜਿਹੜੇ ਹੈਗੇ ਨੇ ਇਹਨਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਗੈਂਗਸਟਰ ਬਣਨ ਦੀ ਉਹ ਸ਼ੁਰੂਆਤ ਹੁੰਦੀ ਹੈਗੀ ਇੱਕ ਤਰੀਕੇ ਨਾਲ ਮੋਰਲਸ ਰਾਜਨੀਤਿਕ ਪੋਲਿਟੀਕਲ ਜਦੋਂ ਇਲੈਕਸ਼ਨ ਹੁੰਦਾ ਹੈਗਾ ਕੰਸਰਨ ਪੋਲਿਟੀਕਲ ਪਾਰਟੀਆਂ ਹੈਗੀਆਂ ਨੇ ਕੋਈ ਵੀ ਇਸ ਤਰ੍ਹਾਂ ਦਾ ਯਤਨ ਹੈਗਾ ਨਹੀਂ ਛੱਡਦੀ ਹੈਗੀਆਂ ਨੇ ਇਹ ਕਿਸ ਤਰੀਕੇ ਨਾਲ ਪਾਵਰ ਦੇ ਵਿਚ ਆਣ ਚਾਹ ਉਹਨੇ ਪਹਿਹਾ ਦੇਣਾ ਪਏ ਜਾਂ दारू ਦੇਣੀ ਹੈਗੀਏ ਕੋਈ ਹੋਸਮਾਨ ਦੇਣਾ ਹੈਗਾ ਯਾ ਕਿਸੇ ਦਾ ਕੋਈ ਜ਼ਮਾਨਤ ਜਮੂਦ ਕਰਾਤੀ ਯਾ ਰਾਜੀਨਾਮਾ ਕਰਵਾਤਾ ਕਿਸੇ ਜ਼ਮਾਨਤ ਕਰਵਾ ਦਿੱਤੀ ਨੀਲ ਪਲਿੰਦਰ ਹੈਗੇ ਨੇ ਇੱਕ ਪਾਰਟਿਕੂਲਰ ਇਲਾਕੇ ਦੇ ਇਨਫਲੂਐਂਸ਼ੀਅਲ ਵਿਅਕਤੀ ਹੈਗੇ ਨੇ ਇਹਨਾਂ ਦੇ ਕੋਲ 2000 3000 ਵੋਟ ਹੈਗੇ ਨੇ ਇਹ ਮੀਡੀਆ ਦੇ ਕੰਮ ਕਰਦੇ ਹੈਗੇ ਨੇ ਇਹਨੂੰ ਦਬਾਣਾ ਆਸਾਨ ਕੰਮ ਨਹੀਂ ਹੈਗਾ ਕਿਸ ਤਰ੍ਹਾਂ ਦਬਾਵਾਂਗਾ ਇਹਨਾਂ ਨੂੰ ਧਮਕੀ ਦੇ ਕੇ ਵੱਡਾ ਪਾਵਰਫੁਲ ਬੰਦਾ ਖੜਾ ਕਰਕੇ ਇਹਨਾਂ ਨੂੰ ਕਹਿ ਕਰਕੇ ਤੁਹਾਡਾ ਤੁਹਾਡੇ ਪਰਿਵਾਰ ਦਾ ਕੀ ਹਸ਼ਰ ਹੋ ਸਕਦਾ ਹੈਗਾ ਇਹ ਗੱਲਾਂ ਹੈਗੀਆਂ ਨੇ ਬੇਸਿਕਲੀ ਪੋਲੀਟੀਕਲ ਜਿੱਥੋਂ ਕਿ ਇਹ ਗੈਂਗਸਟਰ ਬਣੰਦੀ ਸ਼ੁਰੂਆਤ ਹੁੰਦੀ ਹੈਗੀ ਜੀ ਪੋਲੀਟੀਕਲ ਹੋਏ ਚਾਹ ਕੋਈ ਦੂਜਾ ਵਿਅਕਤੀ ਵੀ ਹੋਏ ਜ਼ਮੀਨ ਦਾ ਕਬਜ਼ਾ ਕਰਾਣੇ ਹੈਗੇ ਨੇ ਤੁਸੀਂ ਕਾਨੂੰਨੀ ਤੱਕਬਜ਼ਾ ਕਰ ਨਹੀਂ ਸਕਦੇ ਉਹਨ ਉਸ ਕਬਜ਼ਾ ਕਰਾਣ ਲੈ ਤੁਹਾਨੂੰ ਕੋਈ ਬੰਦਾ ਖੜਾ ਕਰਨਾ ਪਏਗਾ ਇੱਥੋਂ ਸ਼ੁਰੂਆਤ ਹੁੰਦੀ ਹੈ ਗੈਂਗਸਟਰ ਬਣੰਦੀ ਹੌਲੀ 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 ਕਰਕੇ ਬੰਦਾ ਬੰਦਾ ਜਾਂਦਾ ਹੈਗਾ ਤੋਂ ਜਦੋਂ ਤੱਕ ਸਾਡਾ ਪੋਲੀਟੀਕਲ ਸਿਸਟਮ ਤੇ ਵਿੱਚ ਐਕਸਚੇਂਜ ਨਹੀਂ ਆਂਦਾ ਜਦੋਂ ਤੱਕ ਜਨਤਾ ਇਸ ਬਾਰੇ ਅਵੇਅਰ ਨਹੀਂ ਹੁੰਦੀ ਹੈ ਅਗਰ ਕੋਈ ਸਮਝਦਾ ਹੈਗਾ ਗੈਂਗਸਟ੍ਰੀਸਮ ਖਤਮ ਹੋ ਜਾਏਗਾ ਮੁੱਕ ਗਿਆ ਉਹਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਆਈ ਥਿੰਕ ਦੈਟ ਪਰਸਨ ਇਜ਼ ਲਿਵਿੰਗ ਇਨ ਅ ਫੂਲਸ ਪੈਰਾਡਾਈਸ ਜੀ ਅਮਰਾ ਆਖਰੀ ਸਵਾਲ ਆ ਸਰ ਪੰਜਾਬ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹੋਣਗੀਆਂ ਜੋ ਹੋ ਸਕਦਾ ਵੋਟਾਂ ਵੀ ਪੈ ਚੁੱਕੀਆਂ ਹੁਣ ਵੋਟਾਂ ਦੀ ਗਿਣਤੀ ਲਈ ਦਿਨ ਦਾ ਇੰਤਜ਼ਾਰ ਕਰਦੇ ਹੋਵਾਂਗੇ ਕੀ ਲੱਗਦਾ ਕਿ ਅੱਜ ਜਿਹੜੀ ਹੈਗੀਆਂ ਨੇ ਲੋਕਲ ਬਾਡੀ ਚੋਣਾਂ ਖਤਮ ਹੋਈਆਂ ਸੀ ਉਹਨਾਂ ਚ ਕਾਂਗਰਸ ਦਾ ਹੀ ਇੱਕ ਵੱਡਾ ਨੇਤਾ ਵੱਡਾ ਨੇਤਾ ਮੈਂ ਇਸ ਕਰਕੇ ਕਹਿ ਰਿਹਾ ਉਹ ਯੂਥ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਜ਼ਿਲ੍ਹਾ ਪਰੀਸ਼ਦ ਦਾ ਉਹ ਮੈਂਬਰ ਸੀ ਗੋਲੇਵਾਲਾ ਦਾ ਤਾਂ ਇਸ ਬੰਦੇ ਨੂੰ ਉਹਦੇ ਆਪਣੇ ਜੱਦੀ ਸ਼ਹਿਰ ਦੇ ਵਿੱਚ ਹੀ ਉਹਦੇ ਇਲਾਕੇ ਦੇ ਵਿੱਚ ਵੀ ਪੂਰੀ ਤਸੱਲੀ ਨਾਲ ਮਾਰਿਆ ਗਿਆ ਜਿਸ ਤਰੀਕੇ ਨਾਲ ਤੇ ਮੁੜ ਕੇ ਫਿਰ ਉਹਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਕਿ ਖਤਰੇ ਦਾ ਸਿਗਨਲ ਨਹੀਂ ਨਜ਼ਰ ਆ ਰਿਹਾ ਅਗਲੀਆਂ ਚੋਣਾਂ ਵੱਲ ਜਾ ਰਿਹਾ ਇਲੈਕਸ਼ਨ ਇਅਰ ਵੱਲ ਪੰਜਾਬ ਜਾ ਰਿਹਾ ਹੈ ਬਿਲਕੁਲ ਇਲੈਕਸ਼ਨ ਦੇ ਵਿੱਚ ਵਾਇਲੈਂਸ ਇਸ ਵਾਰੀ ਐਂਟੀਸੀਪੇਟ ਕੀਤਾ ਜਾ ਰਿਹਾ ਸੀ ਕਿ ਵਾਇਲੈਂਸ ਹੋਏਗਾ ਕਈ ਥਾਵਾਂ ਤੇ ਮਾਰਾ-ਮਾਰੀ ਵੀ ਹੋਈ ਹੈ ਕੁਟਮਾਰ ਵੀ ਹੋਈ ਹੈਗੀ ਪਰ ਇਸ ਤਰੀਕੇ ਦੀ ਇੱਕ ਵੱਡੀ ਘਟਨਾ ਜਿਹੜੀ ਹੈਗੀ ਵਾਪਰ ਸਕਦੀ ਹੈਗੀ ਇਹਦੇ ਬਾਰੇ ਕਿਸੇ ਨੂੰ ਕੋਈ ਖਿਆਲ ਨਹੀਂ ਸੀ ਇਸ ਤੇ ਮੈਂ ਫਿਰ ਸਵਾਲ ਕਰਨਾ ਚਾਹਾਂਗਾ ਸਾਡਾ ਸਟੇਟ ਦਾ ਜਿਹੜਾ ਪੁਲਿਸ ਤੰਤਰ ਹੈਗਾ ਇਸ ਜਿਹੜਾ ਇੰਟੈਲੀਜੈਂਸ ਤੰਤਰ ਹੈਗਾ ਉਹਨਾਂ ਦਾ ਉਹਨਾਂ ਦਾ ਕੰਮ ਕੀ ਹੈਗਾ ਕਿ ਜਿਹੜੀ ਵੀ ਗੱਲਾਂ ਹੋ ਰਹੀਆਂ ਹੈਗੀਆਂ ਨੇ ਉੱਤੇ ਕਿੱਥੇ ਨਾਲ ਗੱਲ ਕਰਕੇ ਉਹਨੂੰ ਐਗਜ਼ਾਮਿਨ ਕਰਨਾ ਸਿਚੁਏਸ਼ਨ ਜਿਹੜੀ ਹੈਗੀ ਉਹਨੂੰ ਐਂਟੀਸੀਪੇਟ ਕਰਕੇ ਉਸ ਤਰੀਕੇ ਦੇ ਨਾਲ ਕੀ ਉਹਦੇ ਚ ਕਾਰਵਾਈ ਕਰਨੀ ਬਣਦੀ ਹੈਗੀ ਇਹ ਪ੍ਰੀਵੈਂਟਿਵ ਕਾਰਵਾਈ ਕੀ ਕਰਨੀ ਬਣਦੀ ਹੈਗੀ ਇਹ ਉਹ ਬਣਦਾ ਅਬ ਇਸ ਵਿਅਕਤੀ ਦੀ ਜਿਹੜੀ ਹੱਤਿਆ ਹੋਈ ਹੈ ਜਿਹੜਾ ਮਰਡਰ ਹੋਇਆ ਹੈਗਾ ਮਨੂੰ ਨਹੀਂ ਪਤਾ ਕਿ ਇਹਨਾਂ ਦੇ ਕੋਲ ਕੋਈ ਸਿਕਿਉਰਿਟੀ ਗਾਰਡ ਸਨ ਕੀ ਨਹੀਂ ਸਨ ਨਹੀਂ ਕੱਲਾ ਸੀ ਜੀ ਉਹ ਸਿਕਿਉਰਿਟੀ ਦੁਕਾਨ ਤੋਂ ਨਿਕਲੇ ਸੀ ਸਿਕਿਉਰਿਟੀ ਗਾਰਡ ਅੱਜ ਕੱਲੇ ਤਾਂ ਕਿੰਨੂ ਮਿਲਦੇ ਹੈਗੇ ਨੇ ਆਮ ਤੌਰ ਤੇ ਗੱਲ ਕਰਦੇ ਹੈਗੇ ਨੇ ਟੀਪੀਆਰ ਦੀ ਥ्रेट ਪਰਸੈਪਸ਼ਨ ਰਿਪੋਰਟ ਆਫ ਥ्रेट ਪਰਸੈਪਸ਼ਨ ਰਿਪੋਰਟ ਕਿਸ ਨੰਬਰ ਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਹੈ ਜੀ ਇਹ ਜ਼ਰੂਰ ਦੱਸ ਕੇ ਜਾਓ ਤੁਸੀਂ ਉਹਦੇ ਚ ਮਨੂੰ ਫੋਨ ਆਇਆ ਕਿਸੇ ਵੱਡੇ ਪੋਲੀਟੀਸ਼ੀਅਨ ਦਾ ਹਕਮਰਾਨ ਦਾ ਕਿ ਜੀ ਇਸ ਵਿਅਕਤੀ ਨੂੰ ਸਿਕਿਉਰਿਟੀ ਦੇਣੀ ਹੈ ਕੰਮ ਸ਼ੁਰੂ ਹੋ ਜਾਂਦਾ ਹੈਗਾ ਲੋਕਲ ਇੰਟੈਲੀਜੈਂਸ ਯੂਨਿਟ ਹੈਗੀ ਉਹਨਾਂ ਕੋਲ ਜਾਂਦਾ ਹੈਗਾ ਕਿ ਰਿਪੋਰਟ ਬਣਾ ਕੇ ਭੇਜ ਕਿ ਇਸ ਵਿਅਕਤੀ ਨੂੰ ਖਤਰਾ ਹੈਗਾ ਜ਼ਿਲ੍ਹੇ ਦੇ ਜਿਹੜੀ ਸਪੈਸ਼ਲ ਬ੍ਰਾਂਚ ਹੈਗੀ ਉਹਨਾਂ ਨੂੰ ਜਾਂਦਾ ਹੈਗਾ ਕਿ ਬਣਾ ਕੇ ਦੇ ਕਿ ਇਹਨੂੰ ਖਤਰਾ ਹੈਗਾ ਉਹਨੂੰ ਸਿਕਿਉਰਿਟੀ ਮਿਲਦੀ ਹੈ ਔਰ ਆਮ ਤੌਰ ਤੇ ਸਿਕਿਉਰਿਟੀ ਕਿੰਨੂੰ ਮਿਲਦੀ ਹੈਗੀ ਮੈਂ ਸਮਝਦਾ ਹੈਗਾ ਆਮ ਤੌਰ ਤੇ ਜਿਹਨਾਂ ਨੂੰ ਸਿਕਿਉਰਿਟੀ ਮਿਲੀ ਹੈਗੀ ਉਹ ਸਿਕਿਉਰਿਟੀ ਦੇ ਹੱਕਦਾਰ ਨਹੀਂ ਹੈਗੇ ਨੇ ਸਿਕਿਉਰਿਟੀ ਜਿਹੜਾ ਕਿ ਸਿਸਟਮ ਦੇ ਖਿਲਾਫ ਬੋਲਦੇ ਹੈਗੇ ਨੇ ਜਾਂ ਸਿਸਟਮ ਦੇ ਇੱਕ ਚੇਂਜ ਲੈਣਾ ਚਾਹੁੰਦੇ ਹੈਗੇ ਨੇ उन्होंने मिलनी चाहिए है तो ध्यान होएगा। कुछ बरे पहले पंजाब पुलिस ने मनु मेरे घर तो किडनैप करने की कोशिश की थी, कुछ 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 मैं, क्योंकि मैं सिस्टम के खिलाफ बोलता सी अज भी बोलता है सिस्टम के खिलाफ तो ये सारी अब मेरे केस के पता होगा हाई कोर्ट जो है उन्हें भी अपना रिटर्न हुक्म दता है कि स्टेट इंटेलीजेंस की या किसी होर इंटेलीजेंस की थर्ड परसैप्शन रिपोर्ट के हिसाब के मेरी सिक्योरिटी नहीं कटाई जाएगी बट गल उगी है कि थर्ड परसपैप्शन रिपोर्ट जिदी बनानी है पहले लेके बना दौ या याडे तो को मैं कुछ फायदा ले लिया को तो मैं क्या कि मैं एक बार विदेश भेज दौ विदा मेरे बच्चे पढ़ते हैं मैं तो कि फीस दिलवा दो या मैं होर कोई मोनिटरी बेनीफिट दे, दे दो चाहे कैश या काइन या फिर पोलीटल जोड़े काम है वह तो मदद कर सका मैं नहीं समझता कि अजय जी तरीक जी सिक्योरिटी मिली हैगी हंड्रड परसेंट करेक्ट हैगी है और सिक्योरिटी मिलनी चाहिए जो इलेक्शन हो रहे सन ਇਸ પ્રકાર ਦੇ ਇਸ ਕਿਸਮ ਦੇ ਵਿਅਕਤੀ ਉਹਨਾਂ ਜਿਹੜੇ ਕਿ ਵਲਨਰੇਬਲ ਸਨ ਜ਼ਿਲ੍ਹੇ ਦਾ ਪ੍ਰਧਾਨ ਹੈ ਗਿਆ ਅਤੇ ਜਿਸ ਦਾ ਤੁਸੀਂ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਨਿਕਲੇ ਕੱਲ੍ਹ ਹੀ ਬਾਹਰ ਆ ਰਿਹਾ ਸੀ ਕਿਉਂ ਸਟੇਟ ਪੁਲਿਸ ਨੇ ਜਾਂ ਡਿਸਟ੍ਰਿਕਟ ਪੁਲਿਸ ਨੇ ਜਾਂ ਇੰਟੈਲੀਜੈਂਸ ਨੇ ਜਾਂ ਫਿਰ ਲੋਕਲ ਸਪੈਸ਼ਲ ਬ੍ਰਾਂਚ ਨੇ ਇਸ ਗੱਲ ਨੂੰ ਐਂਟੀਸੀਪੇਟ ਨਹੀਂ ਕੀਤਾ ਜਿਹੜੀ ਨਵਸ ਹੈਗੀ ਇਸ ਸਮਾਜ ਦੀ ਉਹਨਾਂ ਨਹੀਂ ਪਾ ਪਿਆ ਕਿ ਇਸ ਬੰਦੇ ਨੂੰ ਖਤਰਾ ਹੈਗਾ ਇਹਦਾ ਨੁਕਸਾਨ ਹੋ ਸਕਦਾ ਜੀ ਬਹੁਤ ਸ਼ੁਕਰੀਆ ਸਾਫ ਕਾ ਆਈਪੀਐਸ ਸ਼ਸ਼ੀਕਾਂਤ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਜੋ ਯੂਥ ਕਾਂਗਰਸ ਦੇ ਲੀਡਰ ਦੀ ਹੱਤਿਆ ਹੋਈ ਹੈ ਲਾਰਸ ਬਿਸ਼ਨੋਈ ਨਾਂ ਦਾ ਇੱਕ ਬਦਮਾਸ਼ ਹੈ ਜਿਹੜਾ ਰਾਜਸਥਾਨ ਦੀ ਜੇਲ੍ਹ ਚ ਬੈਠਾ ਹੈ ਚੰਡੀਗੜ੍ਹ ਪੁਲਿਸ ਨੂੰ ਵੀ ਲੋੜਿੰਦਾ ਉਹ ਇਸ ਤਰ੍ਹਾਂ ਦੇ ਹੱਤਿਆ ਕੇਸਾਂ ਦੇ ਵਿੱਚ ਤੇ ਪੰਜਾਬ ਪੁਲਿਸ ਨੂੰ ਵੀ ਲੋੜਿੰਦਾ ਹੈ ਉਹ ਤੇ ਉਸ ਨੇ ਇਹਦੀ ਜ਼ਿੰਮੇਵਾਰੀ ਲਈ ਹੈ ਆਪਾਂ ਕੁਲਮਲਾ ਕੇ ਜੋ ਆਪਾਂ ਇੱਥੇ ਇਹ ਗੁਫ਼ਤਗੂ ਕੀਤੀ ਹੈ ਇਹਦੇ ਚੋਂ ਇੱਕ ਚੀਜ਼ ਜਿਹੜੀ ਹੈਗੀ ਨਿਸ਼ਚਿਤ ਤੌਰ ਦੇ ਉੱਤੇ ਉੱਪਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਪੰਜਾਬ ਜਦੋਂ ਇੱਕ ਲੋਕਲ ਬਾਡੀ ਚੋਣਾਂ ਚੋਂ ਨਿਕਲਿਆ ਤੇ ਮੇਨ ਵਿਧਾਨ ਸਭਾ ਚੋਣਾਂ ਵੱਲ ਜਾ ਰਿਹਾ ਹੈ ਤੇ ਉੱਤੋਂ ਕਿਸਾਨ ਅੰਦੋਲਨ ਸੂਬੇ ਚੱਲ ਰਿਹਾ ਹੈ ਪੋਲੀਟੀਕਲੀ ਸੂਬਾ ਜਿਹੜਾ ਹੈਗਾ ਉਹ ਅਨਸਰਟੇਨਟੀ ਵੱਲ ਵਧ ਰਿਹਾ ਹੈ ਤਾਂ ਉਸ ਵਕਤ ਐਸੀਆਂ ਘਟਨਾਵਾਂ ਵਾਪਰ ਜਾਣੀਆਂ ਖਾਸ ਕਰ ਜਦੋਂ ਚੋਣਾਂ ਦੇ ਰਿਜ਼ਲਟ ਆਏ ਨੇ ਇਹ ਬਹੁਤ ਹੀ ਇੱਕ ਸੀਰੀਅਸ ਸਿਗਨਲ ਜਿਹੜਾ ਹੈਗਾ ਇਸ ਦੇ ਤੌਰ ਤੇ ਇੰਟੈਲੀਜੈਂਸ ਇਸ ਨੂੰ ਲੈ ਰਹੀ ਹੋਏਗੀ ਤੇ ਮੇਰੇ ਖਿਆਲ ਚ ਲੈਣਾ ਵੀ ਚਾਹੀਦਾ ਹੈ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ